ज्वाइन की थी एग्जैक्टली 48 आवर्स परसों शामी मैं ज्वाइन किया एंड आज सानू बड़ा इंपॉर्टेंट एक टास्क मिलया देर वॉज अ वेरी बिग चैलेंज तुम सब नू पता ही है कि कल सिंह बॉर्डर से एक घटना वापरी सी जिसे एक लड़का सीगा सतेंद्र लखबीर सिंह मैं कहा इतने आने चाहिए लखबीर सिंह ਉਹਨੂੰ ਕੁਛ ਨਿਹੰਗ ਸਿੰਘਾਂ ਵੱਲੋਂ ਕਤਲ ਕਰਤਾ ਗਿਆ ਸੀਗਾ ਜਿਸ ਸਬੰਧ ਥਾਣਾ ਕੁੰਡਲੀ ਔਰ ਡਿਸਟ੍ਰਿਕਟ ਸੋਨੀਪਤ ਇਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੈ 302 ਦਾ ਉਹਦੇ 'ਚ ਇੱਕ ਜਿਹੜਾ ਨਿਹੰਗ ਸਿੰਘ ਸੀਗਾ ਸਰਬਜੀਤ ਸਿੰਘ ਜਿਹਨੂੰ ਇਹ ਕਹਿੰਦੇ ਆ ਪ੍ਰਧਾਨ ਮਿਸਲ ਬਾਬਾ ਹਿੰਮਤ ਸਿੰਘ ਪ੍ਰਧਾਨ ਮਿਸਲ ਬਾਬਾ ਹਿੰਮਤ ਸਿੰਘ ਹਿੰਮਤ ਸਿੰਘ ਉਹਨੂੰ ਇਹਨਾਂ ਨੇ ਕੱਲ੍ਹ ਲੋਕਲ ਪੁਲਿਸ ਨੇ ਉੱਥੇ ਗ੍ਰਿਫਤਾਰ ਕਰ ਲਿਆ ਸੀਗਾ ਦੂਸਰਾ ਜਿਹੜਾ ਅਕਿਊਜ਼ ਸੀਗਾ ਨਰਾਇਣ ਸਿੰਘ ਦੂਸਰਾ ਜਿਹੜਾ ਬੰਦਾ ਸੀਗਾ ਨਰਾਇਣ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰੱਖ ਦੇਵੀਦਾਸਪੁਰਾ ਅਮਰਕੋਟ ਪੀਐਸ ਜੰਡਿਆਲਾ ਇਸ ਨਾਲ ਰਹਿਣ ਵਾਲਾ ਸੀਗਾ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਜਿਹਦੇ ਬਾਰੇ ਅੱਜ ਸਾਨੂੰ ਸਪੈਸੀਫਿਕਲੀ ਇੱਕ ਇਨਪੁੱਟ ਆਈ ਕਿ ਇਹ ਹੋ ਸਕਦਾ ਇਹ ਆਪਣੇ ਪਿੰਡ ਨਾ ਪਹੁੰਚੇ ਇੱਥੇ ਕਿਤੇ ਨਾ ਹੋਏ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਸਾਨੂੰ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਸ਼੍ਰੀ ਇਕਬਾਲਪ੍ਰੀਤ ਸਿੰਘ ਸੋਤਾ ਜੀ ਵੱਲੋਂ ਔਰ ਮੇਰੇ ਆਈ ਜੀ ਬੋਰਡ ਰੇਂਜ ਸ਼੍ਰੀ ਮਨੀਸ਼ ਚਾਵੜਾ ਜੀ ਵੱਲੋਂ ਮੈਨੂੰ ਦਿੱਤੀ ਗਈ ਜਿਹਨੂੰ ਅਸੀਂ ਫਰਦਰ ਡਿਵੈਲਪ ਕੀਤਾ ਫਿਰ ਅਸੀਂ ਔਨ ਦੀ ਬੇਸਿਸ ਔਫ ਆਵਰ ਇਨਪੁੱਟਸ ਅਸੀਂ ਕੋਈ 11 ਵਜੇ ਤੋਂ ਬਾਅਦ ਇੱਕ ਸਪੈਸ਼ਲ ਪ੍ਰੇਸ਼ਨ ਦਾ ਸੀਗਾ ਅਸੀਂ ਲਾਂਚ ਕੀਤਾ ਇਹਦੇ ਘਰ ਪਿੰਡ 'ਚ ਅਸੀਂ ਸਿਵਲ ਕੱਪੜਿਆਂ 'ਚ ਆਪਣੀ ਪਾਰਟੀ ਭੇਜੀ ਟੂ ਚੈੱਕ ਕਿ ਇਹ ਆਪਣੇ ਘਰ ਪਹੁੰਚ ਗਿਆ ਜਾਂ ਨਹੀਂ ਹੈਗਾ ਦੈਨ ਵੀ ਕੇਮ ਟੂ ਨੋ ਕਿ ਉਸ ਪਿੰਡ 'ਚ ਕਿਤੇ ਹੈ ਲੇਕਿਨ ਆਪਣੇ ਘਰ 'ਚ ਨਹੀਂ ਹੈਗਾ ਵੀ ਡਿਸਾਈਡ ਟੂ ਐਕਟ ਵੈਰੀ ਵਾਈਜ਼ਲੀ ਕਿਉਂਕਿ ਇੱਕ ਸੈਂਸਿਟਿਵ ਮਾਮਲਾ ਸੀਗਾ ਹਮੇਸ਼ਾ ਪੰਜਾਬ ਪੁਲਿਸ ਦੀ ਇਹੀ ਕੋਸ਼ਿਸ਼ ਰਹੀ ਹੈ ਔਰ ਜੋ ਸਾਨੂੰ ਬਰੀਫਿੰਗ ਦਿੱਤੀ ਗਈ ਹੈ ਬਿਕੋਜ਼ ਵੀ ਆਲ ਹੈਵ ਬੀਨ ਨਿਊਲੀ ਪੋਸਟਡ ਕਿ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਸਾਹਿਬ ਔਰ ਸਾਡੇ DGP ਸਾਹਿਬ ਸਾਡੇ ਹੋਮ ਮਿਨਿਸਟਰ ਸਾਹਿਬ ਉਹ ਇਹੀ ਚਾਹੁੰਦੇ ਹੈ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਬਿਲਕੁਲ ਹੀ ਖਰਾਬ ਨਾ ਹੁੰਦਾ ਜਾਏ ਕੱਲ੍ਹ ਇਸੇ ਗੱਡੀ 'ਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਰਾਤ ਦੇ ਕੋਈ 3-4 ਵਜੇ ਤੱਕ ਹੋਮ ਮਿਨਿਸਟਰ ਸਾਹਿਬ ਨੇ ਮੈਨੂੰ SSP ਪਠਾਨਕੋਟ ਔਰ ਆਈ ਸਾਹਿਬ ਨਾਲ ਲੈ ਕੇ ਸਾਰੀ ਬਾਰਡਰ ਦਾ ਉਹਨਾਂ ਨੇ ਨਾਈਟ ਡਮਰਸ਼ਨ ਕੀਤਾ ਉਹਨਾਂ ਨੇ ਸੋ ਸਪੈਸ਼ਲ ਇੰਸਟਰਕਸ਼ਨ ਇਹਨਾਂ ਵੀ ਕੁਛ ਤਾਕਤਾਂ ਕੋਸ਼ਿਸ਼ ਕਰ ਸਕਦੀਆਂ ਇਸ ਮਾਹੌਲ ਨੂੰ ਖਰਾਬ ਕਰਨ ਦੀਆਂ ਹਰ ਹਾਲਤ 'ਤੇ ਅਸੀਂ ਇਸ ਚੀਜ਼ ਨੂੰ ਮੇਨਟੇਨ ਕਰਨਾ ਹੈਗਾ ਕਿਉਂਕਿ ਪਹਿਲੇ ਪੰਜਾਬ 'ਚ ਅਜੇ ਕਈ ਇੰਸੀਡੈਂਟ ਹੋ ਚੁੱਕੇ ਹੈ ਜਿੱਥੇ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਦੇ ਦੌਰਾਨ ਜਾਂ ਉਹਨਾਂ ਦੇ ਕਿਸੇ ਐਸੇ ਕੇਸ 'ਚ ਸ਼ਾਮਲ ਹੋਣ ਦੇ ਦੌਰਾਨ ਪੁਲਿਸ ਜਦੋਂ ਪਕੜਨ ਗਈ ਉੱਥੇ ਕਾਫੀ ਹੰਗਾਮਾ ਹੋਇਆ ਕਈ ਕੁਛ ਹੋਇਆ ਐਂਡ ਲੋਟ ਆਫ ਥਿੰਗਸ ਹੈਪਨ ਸੋ ਮੈਂ ਆਪਣੀ ਟੀਮ ਆਫ ਆਫਿਸਰਸ ਜਿਹਦੇ ਵਿੱਚ ਮੇਰੇ DSPD ਸ਼੍ਰੀ ਗੁਰਿੰਦਰ ਨਾਗਰਾ ਜੀ ASP ਮਜੀਠਾ ਮਿਸਟਰ ਮੰਨਿਊ DSP ਜੰਡਿਆਲਾ ਮਿਸਟਰ ਸੁਖਵਿੰਦਰ ਸਿੰਘ ਇਹਨਾਂ ਨੂੰ ਮੈਂ ਉਸ ਟਾਸਕ 'ਤੇ ਸਪੈਸੀਫਿਕਲੀ ਲਗਾਇਆ ਇਹਨਾਂ ਨੂੰ ਭੇਜਿਆ ਉੱਥੇ ਐਂਡ ਵੀ ਡਿਵੈਲਪ ਕਿ ਇਹ ਹੀ ਇਸ ਸਮਵੇਅਰ ਇਨ ਦੀ ਵਿਲੇਜ ਓਨਲੀ ਅਸੀਂ ਮੁੜ ਕੇ ਉਸ ਪਿੰਡ ਨੂੰ ਇਸ ਤਰੀਕੇ ਨਾਲ ਕੋਆਰਡਨ ਕਰ ਲਿਆ ਇਸ ਤਰੀਕੇ ਨਾਲ ਅਸੀਂ ਫੋਰਸ ਦੀ ਡਿਪਲੋਇਮੈਂਟ ਕਰਤੀ ਕਿ ਕਿਸੇ ਵੀ ਹਾਲਤ 'ਚ ਇਹ ਨਿਹੰਗ ਸਿੰਘ ਜਾਂ ਮਿਸਟਰ ਨਰਾਇਣ ਸਿੰਘ ਇਹ ਉੱਥੋਂ ਪਿੰਡ 'ਚੋਂ ਬਾਹਰ ਨਾ ਜਾ ਸਕਣ ਲੋਟ ਆਫ ਮੇਜਰਸ ਵਰ ਟੇਕਨ ਇਹਦੀ ਫੈਮਿਲੀ ਨੂੰ ਕੌਨਫੀਡੈਂਸ ਲਿਆ ਇਹਦੇ ਸਕੇ ਸੰਬੰਧੀਆਂ ਨੂੰ ਇਹਦੇ ਕਰੀਬੀਆਂ ਨੂੰ ਕੌਨਫੀਡੈਂਸ ਲਿਆ ਅਲਟੀਮੇਟਲੀ ਜਦੋਂ ਉਹਨਾਂ ਨੇ ਅਹਿਸਾਸ ਕੀਤਾ ਕਿ ਹੁਣ ਇਹ ਬਾਹਰ ਤਾਂ ਨਹੀਂ ਜਾ ਸਕਦਾ ਇਹਨੇ ਅਨਾਊਂਸ ਕੀਤਾ ਸੀ ਕਿ ਮੈਂ 4 ਵਜੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗਾ ਅਤੇ ਉੱਥੇ ਜਾ ਕੇ ਮੈਂ ਗ੍ਰਿਫਤਾਰੀ ਦਿਆਂਗਾ ਜਾਂ ਉੱਥੇ ਸਰੈਂਡਰ ਕਰਾਂਗਾ ਇਹ ਵੀ ਇੱਕ ਬੜੀ ਡਿਫੀਕਲਟ ਸਿਚੁਏਸ਼ਨ ਹੁੰਦੀ ਸੋ ਅਵੋਇਡਿੰਗ ਦੈਟ ਜਦੋਂ ਇਹਨੂੰ ਅਹਿਸਾਸ ਹੋ ਗਿਆ ਕਿ ਮੈਂ ਹੁਣ ਬਾਹਰ ਨਹੀਂ ਜਾ ਸਕਦਾ ਤਾਂ ਫਿਰ ਇਹਨੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਤੀ ਕਿ ਮੈਂ ਉੱਥੇ ਮੱਥਾ ਟੇਕਾਂਗਾ ਦੇ ਨਾਲ ਪੁਲਿਸ ਜਿਹੜੀ ਹੈਗੀ ਮੈਨੂੰ ਉਹ ਅਰੈਸਟ ਕਰ ਸਕਦੀ ਹੈ ਸੋ ਫਾਈਨਲੀ ਅਰਾਊਂਡ 4 PM 4 ਵਜੇ ਤੋਂ ਬਾਅਦ ਅਸੀਂ ਇਹਨਾਂ ਨੂੰ ਗੁਰਦੁਆਰੇ ਤੋਂ ਬਾਹਰ ਜਦੋਂ ਆਏ
ਤਾਂ ਅੰਮ੍ਰਿਤਸਰ ਰੂਰਲ ਪੁਲਿਸ ਨੇ ਇਹਨਾਂ ਨੂੰ ਬਕਾਇਦਾ ਤੌਰ 'ਤੇ ਆਪਣੀ ਹਿਰਾਸਤ 'ਚ ਲੈ ਲਿਆ ਗਾ, ਅਸੀਂ ਅਰੈਸਟ ਕਰ ਲਿਆ ਉਹਨਾਂ ਅਸੀਂ ਇਹਦੇ ਬਾਰੇ ਸੋਨੀਪਤ ਪੁਲਿਸ ਨੂੰ ਅਸੀਂ ਆਗਾਹ ਕਰਤਾ, ਉਹਨਾਂ ਨੇ ਇਨਫੋਰਮ ਕਰਤਾ ਗਾ, ਅਸੀਂ ਉਹਨਾਂ ਦੀ ਟੀਮ ਉੱਥੋਂ ਚੱਲ ਪਈ ਹੈ ਕਿਉਂਕਿ ਕ੍ਰਾਈਮ ਉੱਥੇ ਹੋਇਆ, ਡੀਲ ਵੀ ਉਹੀ ਕਰ ਰਹੇ ਆ, ਫਰਦਰ ਉਹਨਾਂ ਦਾ ਐਕਸ਼ਨ ਕਰਨਾ ਵਾ ਉਹਨਾਂ ਦਾ ਬੰਦ ਹੈਗਾ ਲੱਗਦੇ ਆ। ਦੇਸ ਇਹ ਕਿ ਸਾਨੂੰ ਜਿਹੜਾ ਬੰਦਾ ਜਿਹੜਾ ਡਿਸੀਜ਼ ਸੀਗਾ ਉਹ ਲਖਵੀਰ ਸਿੰਘ, ਦਿਸ ਇਜ਼ ਵਾਟ ਹੀ ਸੇਇੰਗ, ਆਈ ਡੋਂਟ ਨੋ ਹਾਉ ਫਾਰ ਦੈਟ ਇਜ਼ ਟਰੂ, ਬਿਕੋਜ਼ ਅਸੀਂ ਉਹਨੂੰ ਇਨਵੈਸਟੀਗੇਸ਼ਨ ਦੇ ਪੁਆਇੰਟ ਆਫ ਤੋਂ ਹਜੇ ਇਨਵੈਸਟੀਗੇਟ ਕਰਨਾ, ਉਹਨੂੰ ਕੋਰੈਬਰੇਟ ਕਰਨਾ ਅਸੀਂ ਇਹਨੂੰ, ਕਿਸੇ ਵੀ ਸਾਨੂੰ ਕਿਹਾ ਕਿ ਉਹਨਾਂ ਕੁਛ ਬੰਦੇ ਹੋਰ ਵੀ ਸ਼ਾਇਦ ਹੋ ਸਕਦੇ ਆ ਜਾਂ ਆਏ ਆ, ਬਟ ਦੈਟ ਇਜ਼ ਅਨਕਲੀਅਰ ਥਿੰਗ ਜਿਹੜੀ ਹਜੇ ਅਸੀਂ ਉਹਨੂੰ ਔਥੈਂਟਿਕਲੀ, ਮੈਂ ਉਹਨੂੰ ਉਸ ਬਾਰੇ ਕੁਛ ਨਹੀਂ ਕਹਿ ਸਕਦਾ ਹੈਗਾ। ਜਦ ਤੱਕ ਮੈਂ ਉਹਨੂੰ ਤਫਤੀਸ਼ ਕਰਕੇ ਆਪਣੀ ਉਹਨੂੰ ਪ੍ਰੂਵ ਨਾ ਕਰ ਲਵਾਂ, ਉਹਨੂੰ ਮੈਂ ਸਾਬਤ ਨਾ ਕਰ ਲਵਾਂ ਹੈਗਾ। ਇਹ ਹੈਗਾ ਮਿਸ ਪ੍ਰਧਾਨ ਹੈਗਾ, ਇਹ ਮਿਸ਼ਨ ਸ਼ਹੀਦ ਸ਼ਹੀਦਾਂ ਬਾਬਾ ਬਾਜ ਸਿੰਘ ਸ਼੍ਰੋਮਣੀ ਪੰਥ ਅਕਾਲੀ ਧਰਨਾ ਦਲ। ਮੈਂ ਦੁਬਾਰਾ ਰਿਪੀਟ ਕਰਦਾ, ਪ੍ਰਧਾਨ ਮਿਸਲ ਸ਼ਹੀਦਾਂ ਬਾਬਾ ਬਾਜ ਸਿੰਘ ਸ਼੍ਰੋਮਣੀ ਪੰਥ ਅਕਾਲੀ ਧਰਨਾ ਦਲ, ਪੰਥ ਅਕਾਲੀ ਧਰਨਾ ਦਲ, ਧਰਨਾ ਦਲ ਜਿਹੜੇ ਯੰਗਸ ਹੁੰਦੇ ਆ ਦੇ ਕਾਲਡ ਦੈਟ ਪੀਰੀਅਡ ਹੈਗਾ। ਜ਼ਿਲ੍ਹਾ ਨਹੀਂ, ਓਵਰਆਲ ਪ੍ਰਧਾਨ ਇਸ ਮਿਸਲ ਦਾ, ਇਹ ਜ਼ਿਲ੍ਹਾ ਪ੍ਰਧਾਨ ਨਹੀਂ ਹੁੰਦੇ ਇਹਨਾਂ ਦੇ। ਚੂਜ਼ ਆ ਉਹ ਸਰਬਜੀਤ ਸਿੰਘ ਆ, ਉਹਦਾ ਪ੍ਰਧਾਨ ਆ। ਲਖਵੀਰ ਸਿੰਘ ਜਿਹੜਾ ਹੈਗਾ ਉਹ ਡਿਸੀਜ਼ ਆ, ਜਿਹਦਾ ਕਤਲ ਹੋਇਆ, ਦੋ ਅਕਿਊਜ਼ ਨੇ ਇਸ ਕੇਸ 'ਚ, ਸਰਬਜੀਤ ਸਿੰਘ ਤੇ ਨਾਰਾਇਣ ਸਿੰਘ। ਸਰਬਜੀਤ ਸਿੰਘ ਜਿਹੜਾ ਹੈਗਾ ਪ੍ਰਧਾਨ ਮਿਸਲ ਬਾਬਾ ਹਿੰਮਤ ਸਿੰਘ ਦਾ ਹੈਗਾ, ਜਿਹੜਾ ਇਹ ਨਾਰਾਇਣ ਸਿੰਘ ਆ ਇਹ ਪ੍ਰਧਾਨ ਮਿਸਲ ਸ਼ਹੀਦਾਂ ਬਾਬਾ ਬਾਜ ਸਿੰਘ ਸ਼੍ਰੋਮਣੀ ਪੰਥ ਅਕਾਲੀ ਧਰਨਾ ਦਲ। ਐਵੇਂ ਕਲੀਅਰ? ਮੈਂ ਆਈ ਡੋਂਟ ਨੋ ਅਬਾਊਟ ਦੈਟ, ਬਿਕੋਜ਼ ਬਹੁਤ ਸ਼ੋਰਟ ਟਾਈਮ ਹੋਇਆ ਜੇ, ਥੋੜ੍ਹਾ ਸਾਨੂੰ ਟਾਈਮ ਦਿਓ, ਦੈਨ ਅਸੀਂ ਤੁਹਾਨੂੰ ਫਰਦਰ ਹੈਗਾ ਸਾਰਾ। ਪੇਸ਼ ਹਰਿਆਣਾ ਪੁਲਿਸ ਕਰੇਗੀ, ਅਸੀਂ ਉਹਨਾਂ ਦੇ ਹਵਾਲੇ ਕਰਾਂਗੇ ਉਹਨੂੰ, ਅਸੀਂ ਉਹਨਾਂ ਦੀ ਟੀਮ ਸੋਨੀਪਤ ਪੁਲਿਸ ਦੀ, ਹਰਿਆਣਾ ਪੁਲਿਸ ਦੀ ਟੀਮ ਉਦੋਂ ਚੱਲ ਚੁੱਕੀ ਆ ਆਲਰੇਡੀ, ਦੇ ਆਰ ਔਨ ਦੀ ਵੇ, ਉਹ ਹੋਰ 3-4 ਘੰਟੇ ਪਹੁੰਚ ਜਾਣਗੇ। ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹਰਿਆਣਾ ਪੁਲਿਸ ਨਾਲ ਸੀਗੀ, ਉਹ ਤਾਂ ਹਜੇ ਪਹੁੰਚੇ ਹੀ ਨਹੀਂ ਹੈਗੇ ਉਹ। ਸੋ ਓਕੇ, ਲਿਆ ਬਣਾ ਨੂੰ ਮੈਂ ਸਾਰੀ ਪ੍ਰੈਸ ਨੂੰ ਆਪਣੇ ਵੀਰਾਂ ਲਈ ਰਿਕੁਐਸਟ ਕਰਾਂਗਾ, ਜਿਹੜੀ ਗੱਲ ਪੁੱਛਣੀ ਆ ਵਨ ਬਾਏ ਵਨ ਸ਼ਾਂਤੀ ਨਾਲ ਪੁੱਛ ਲਓ, ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਨੂੰ ਮੌਕਾ ਦੇ ਦਿੰਦਾ ਕਿ ਆਪਣੇ ਮੂੰਹ ਤੁਹਾਨੂੰ ਸਾਰੀ ਗੱਲ ਬੋਲ ਕੇ ਸੁਣਾ ਦਿੰਦੇ। ਹਾਂਜੀ ਬਾਬਾ ਜੀ, ਇਹ ਸਾਰੇ ਪ੍ਰੈਸ ਤੋਂ ਵੀਰ ਜੋ ਤੁਸੀਂ ਮੈਨੂੰ ਗੱਲ ਕੀਤੀ, ਮੈਨੂੰ ਉਹਦੇ ਕਵਰੇਜ, ਇਹ ਤੁਹਾਡੀ ਗੱਲ ਤੁਹਾਡੇ ਮੂੰਹ ਸੁਣਨਾ ਚਾਹੁੰਦੇ। 14 ਤਰੀਕ ਤੋਂ ਅਸੀਂ ਇੱਥੋਂ ਗਏ ਆਪਣਾ ਪਿੰਡ ਜੰਡਿਆਲੇ ਤੋਂ, ਸਾਡਾ ਨਖਰਿਆ ਰਵਾਨਾ ਹੈ ਦਿੱਲੀ ਨੂੰ, ਅਤੇ 5:35 'ਤੇ ਅਸੀਂ ਪਹੁੰਚ ਗਏ ਦਿੱਲੀ ਸਿੰਘੂ ਬਾਰਡਰ 'ਤੇ, ਜੋ ਕਿ 10 ਮਹੀਨਿਆਂ ਤੋਂ ਸਾਡਾ ਅਤੇ ਦਲ ਪੰਥ ਬੇਟਾ ਦਾਸ ਦਾ ਉੱਥੇ ਲੰਗਰ ਪਾਣੀ ਸਾਡਾ ਚੱਲਦਾ 24 ਘੰਟੇ। ਮਿਸਲ ਸ਼ਹੀਦਾਂ ਸਰੋਣੀ ਪੰਥ ਅਕਾਲੀ ਧਰਨਾ ਦਾ ਉਹ ਦਲ ਦਾ ਜਿਸ ਮੈਂ ਜਿਸਦਾ ਰਿਹਾ ਮੁਕੇ ਹਾਂ, ਜਿਸ ਤੋਂ ਜਾ ਰਿਹਾ ਹਾਂ, ਅਤੇ ਜਦੋਂ ਸੰਯੁਕਤ ਮੋਰਚੇ 'ਤੇ ਲਾਗੋ ਦੀ ਮੇਰੀ ਗੱਡੀ ਲੰਘੀ, ਅਤੇ ਗਾਲੇ ਪਾਸੋਂ ਸਿੰਘ ਸਾਰੇ ਮੇਰੀ ਗੱਡੀ ਨੂੰ ਹੱਥ ਦਿੰਦਾ, ਬਾਬਾ ਜੀ ਰੁਕੋ ਰੁਕੋ। ਉਹ ਸੰਗਤ ਬੜੀ ਇਕੱਠੀ ਹੋਈ, ਮੈਂ ਕਿਹਾ ਵੀ ਪਤਾ ਨਹੀਂ ਸਿਆਟਾ ਸੰਯੁਕਤ ਮੋਰਚਾ ਨਾ ਕੋਈ ਝਗੜਾ ਝੁਗੜਾ ਆ ਗਿਆ ਵੀ ਤਾਂ ਕਰਕੇ ਇਕੱਠੇ ਹੋਏ ਆ। ਜਦੋਂ ਆਹ ਗੱਡੀ 'ਚ ਉਤਰ ਕੇ ਗਏ ਅਤੇ ਮੈਂ ਪੁੱਛਿਆ ਮੈਂ ਕੀ ਗੱਲ ਹੋਈ ਆ, ਕਹਿੰਦੇ ਬਾਬਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹਨੇ ਵਿਰਦੀ ਕਰਤੀ ਬੰਦੇ ਨੇ। ਮੈਂ ਬੰਦਾ ਕਿੱਥੇ ਆ? ਕਹਿੰਦੇ ਵੀ ਅੱਜ ਸੰਗਤ ਦੇ ਵਿੱਚ ਉਹਦਾ ਇੱਕ ਬੋਟਾ ਲਾਇਆ ਹੋਇਆ। ਅਤੇ ਮੈਂ ਕਿਹਾ ਵੀ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਰਦੀ ਕੀਤੀ ਆ ਅਤੇ ਅਜੇ ਜਿੰਦਾ ਹੀ ਫਿਰਦਾ, ਕਿ ਸਾਨੂੰ 6 ਸਾਲ ਹੋ ਗਏ ਵਿਰਦੀਆਂ ਜਰਦਿਆਂ ਨੂੰ, ਕਦੋਂ ਕੋ ਕਿਤੇ ਕਰ ਦਿੰਦਾ 2 ਮਹੀਨੇ, ਕਦੀ 4 ਮਹੀਨੇ, ਅਤੇ ਤੱਕ ਸਾਹਿਬ ਤੱਕ ਵਿਰਦੀਆਂ ਗਈਆਂ, ਅਤੇ ਆਹ ਆਪਣੀ ਤਲਵਾਰ ਦੇ ਨਾਲ 3 ਟਾਪੂਆਂ ਦੇ ਮਾਰ ਕੇ ਉਹਦੀ ਲੱਤ ਜਿਹੜੀ ਵੱਡੀ ਗਈ। ਉਹ ਤੋਂ ਬਾਅਦ ਫਿਰ ਜਿਹੜੇ ਦਲ ਦੇ ਧੰਨ ਗੁਰੂ ਗ੍ਰੰਥ ਸਾਹਿਬ ਲੈ ਕੇ ਹੀ 10ਵਾਂ ਗ੍ਰੰਥ ਸਰਵੋਲੋ ਗ੍ਰੰਥ, ਉਹਨਾਂ ਨੇ ਬਾਬਾ ਬਲਵਿੰਦਰ ਸਿੰਘ ਜੀ ਓਡਰਾਂ ਦਾ ਵਾਲੇ ਹੋਇਆਂ ਦੇ ਮੰਡੀ ਵਾਲੇ, ਉਹਨਾਂ ਦੇ ਬੰਦਿਆਂ ਨੇ ਫਿਰ ਉਹਨੂੰ ਉਹਦੇ ਨਾਲ ਉਹ ਬੰਨ ਦਿੱਤਾ, ਅਤੇ ਸਾਨੂੰ ਕੋਈ ਗਿਲਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ, ਉਹ ਮੁਸਲਮਾਨ ਵੀ ਮੰਨਦੇ ਆ, ਹਿੰਦੂ ਵੀ ਮੰਨਦੇ ਆ, ਬੋਧੀ ਵੀ ਮੰਨਦੇ, ਸਾਰੇ ਮੰਨਦੇ ਆ,
ਸਾਨੂੰ ਕੋਈ ਜ਼ਿਲ੍ਹਾ ਨਹੀਂ ਕੌਮ ਵਾਸਤੇ ਗੱਲ ਕੀਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਰਦੀ ਸਾਡੇ ਮਨ ਵਿੱਚ ਬਹੁਤ ਚਿਰਦਾ ਦਰਦੀ ਸਾਡੇ ਕੋਈ ਸਾਨੂੰ ਇਹ ਨਹੀਂ ਗਾ ਵੀ ਅਸੀਂ ਕੋਈ ਮੰਨਦੇ ਨਹੀਂ ਮੈਂ ਮੇਰੇ ਸਭ ਤੋਂ ਜੀ ਐਸ ਐਸ ਪੀ ਤੰਤਰ ਨੂੰ ਫੋਨ ਕਰਤਾ ਸੀ ਮੈਂ ਆਖਿਆ ਵੀ ਮੇਰਾ ਮਨ ਦੀ ਤਮੰਨਾ ਵਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰੇ ਮੈਂ ਉੱਥੇ ਵੀ ਦੇ ਸਕਦਾ ਹਾਂ ਮੇਰੀ ਮਨ ਦੀ ਇੱਛਾ ਹੈ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਨਕਸ਼ ਮੰਤ ਤੋਂ ਹੋ ਕੇ ਫਿਰ ਗੁਰਦੁਆਰੇ ਦੇਵਾਂ ਫਿਰ ਐਸ ਐਸ ਪੀ ਸਾਹਿਬ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਬਾਬੇ ਤੋਂ ਅਕਾਲ ਤਖ਼ਤ ਸਾਹਿਬ ਜਾ ਕੇ ਅਤੇ ਫਿਰ ਮੈਨੂੰ ਫੋਨ ਕਰ ਦਿਓ ਅਤੇ ਫਿਰ ਹਾਂ ਧੰਨਾ ਕਰ ਕਰਾਂਗੇ ਉਹ ਤੋਂ ਪਹਿਲਾਂ ਮੈਂ ਘਰ ਗਿਆ ਵਾਂ ਤਿਆਰ ਤੁਰ ਹੋਣ ਡਿਆ ਮੈਂ ਅਤੇ ਪੁਲਿਸ ਚਲ ਗਈ ਉੱਥੇ ਬੈਠ ਗਈ ਮੇਰੇ ਨਾਲ ਸਾਰੇ ਨਗਰ ਨੂੰ ਘੇਰਾ ਪਾ ਲਿਆ ਅਤੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਮੈਂ ਨਾਗਰਾ ਸਾਹਿਬ ਨੂੰ ਵੈਸੇ ਕਿਹਾ ਮੈਨੂੰ ਮੈਂ ਜੀ ਤੁਸੀਂ ਨਾਲ ਹੀ ਲੈ ਜਾਓ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਾਈਏ ਆਪਾਂ ਅਤੇ ਰਿਟ ਤਾਂ ਹੋਣਾ ਹੀ ਆ ਕਿਹੜੇ ਭੱਜੇ ਹਾਂ ਜੇ ਭੱਜੇ ਹੁੰਦੇ ਤਾਂ ਫਿਰ ਘਰੋਂ ਬਾਹਰ ਹੁੰਦੇ ਪਿੰਡੋਂ ਬਾਹਰ ਹੁੰਦੇ ਅਤੇ ਭੱਜਣ ਵਾਲਾ ਸਾਡਾ ਨਮਸਤਕ ਨਹੀਂ ਅਤੇ ਗੁਰੂ ਸਾਹਿਬ ਵਾਸਤੇ ਸਾਡਾ ਅੱਗੇ ਵੀ ਰੋਮ ਰੋਮ ਕਤਰਾ ਕਤਰਾ ਸਾਡਾ ਖੂਨ ਦਾ ਗੁਰੂ ਸਾਹਿਬ 'ਤੇ ਹਾਜ਼ਰ ਹੈ ਗੁਰੂ ਗ੍ਰੰਥ ਸਾਹਿਬ ਵਾਸਤੇ ਉਹ ਸਾਡਾ ਗੁਰੂ ਆ ਜਿੰਦੇ ਗੁਰੂ ਦਾ ਖਿਤਾਬ ਆ ਬਲਟਰੇ ਵੀ ਦਿੱਤਾ ਸਾਨੂੰ ਸਾਰਿਆਂ ਨੂੰ ਪਤਾ ਧੰਨ ਗੁਰੂ ਸਾਹਿਬ ਸਾਰੇ ਮੰਨਦੇ ਹਿੰਦੂ ਮੰਨਦੇ ਸਿੱਖ ਵੀ ਮੰਨਦੇ ਅਤੇ ਬਾਬਾ ਜੀ ਜਦੋਂ ਤੁਸੀਂ ਲੱਤ ਵੱਢੀ ਤਾਂ ਉਹ ਮਰ ਗਿਆ ਫਿਰ ਉਹ ਤੋਂ ਬਾਅਦ ਉਸ ਦਾ ਪੌਣਾ ਘੰਟਾ ਜਿੰਦਾ ਰਿਹਾ ਹੋਰ ਤਾਂ ਤੁਸੀਂ ਵਾਰ ਨਹੀਂ ਕੀਤਾ ਕੋਈ ਨਹੀਂ ਵੇਖੋ ਜੀ ਸਾਰਾ ਉੱਥੇ ਘੱਟ ਤੋਂ ਘੱਟ ਨਹੀਂ ਤੇ 200-400 ਬੰਦਾ ਇਕੱਠਾ ਆਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਦੋ ਲੈ ਕੇ ਉਹ ਭੱਜ ਗਿਆ ਸੀ ਇੱਕ ਗੁਰੂ ਗ੍ਰੰਥ ਸਾਹਿਬ ਕਿੱਲਾ ਜਾ ਕੇ ਤੇ ਉਹਨੇ ਚਰਹਤੇ 'ਚ ਸੁੱਟਤਾ ਦੂਜਾ ਗੁਰੂ ਗ੍ਰੰਥ ਸਾਹਿਬ ਦੋ ਕਿੱਲੇ ਗਾਂਹ ਲੈ ਗਿਆ ਪਰ ਸਪੀਡ ਬੜੀ ਉਹਦੀ ਉਹ ਸਿੰਘ ਜੋ ਦੱਸਦੇ ਆ ਉਹ ਉਹਨਾਂ ਨੇ ਸਿੰਘਾਂ ਨੇ ਫੜ ਲਿਆ ਜਦੋਂ ਗ੍ਰੰਥ ਸਾਹਿਬ ਫੜ ਕੇ ਇੱਕ ਸਿੰਘ ਨੇ ਜਿਹੜਾ ਹੁਣ ਗ੍ਰਿਫਤਾਰੀ ਦੇ ਦਿੱਤੀ ਉਹਨੇ ਉਸ ਵੇਲੇ ਉਹਦਾ ਗੁੱਟ ਲਾਤਾ ਬਾਬਾ ਜੀ ਹੋਰ ਵੀ ਲੋਕ ਇੱਥੇ ਜੇ ਮੌਜੂਦ ਸੀਗੇ ਤੁਹਾਡੇ ਨਾਲ ਕੌਣ ਕੌਣ ਜੈਕ ਸਿੰਘ ਸੀਗੇ ਉੱਥੇ ਸਾਰੀਆਂ ਜਥੇਬੰਦੀਆਂ ਉੱਥੇ ਜੀ ਸਮੁੱਚ ਉਹ ਪਹਿਲਾਂ ਬਹੁਤ ਘੱਟ ਸੀ ਸਾਡੇ ਜਾਣ ਤੋਂ ਪਹਿਲਾਂ ਹਾਂਜੀ ਘਰ ਦੀ ਹਾਲਤ ਨਾ ਤਾਂ ਧਾਰਮਿਕ ਹੈ ਨਾ ਤੁਸੀਂ ਡੇਰੇ ਨਾਲ ਜੁੜਿਆ ਹੋ ਹਾਂਜੀ ਲੱਗਦਾ ਤੁਸੀਂ ਮਾਰ ਕੇ ਸਾਰੇ ਸਬੂਤ ਖਤਮ ਕਰਦੇ ਜਾਂ ਪਤਾ ਕਰਦੇ ਕਿ ਸਾਜਿਸ਼ ਕਿਹਨਾਂ ਦੀ ਸੀ ਕਿਹਨਾਂ ਨੇ ਉਹਨੂੰ ਭੇਜਿਆ ਉਹ ਤਾਂ ਕਹਿੰਦੇ ਕਰੋ 50 ਰੁਪਏ ਲੈ ਕੇ ਗਿਆ ਉਹ ਸਾਰ ਨਹੀਂ ਤੁਸੀਂ ਇਹ 50 ਰੁਪਈਆਂ ਨਾਲ ਦਿੱਲੀ ਬੰਦਾ ਪਹੁੰਚ ਜਾਂਦਾ ਦੇਖੋ ਸਾਜਿਸ਼ ਤਾਂ ਸੀ ਕੋਈ ਨਾ ਉਹ ਕਹਿੰਦੇ ਉਹਨੂੰ ਲਾਲਚ ਦਿੱਤਾ ਗਿਆ ਉਹ ਪਰਿਵਾਰ ਕਹਿੰਦਾ ਨਹੀਂ ਲਾਲਚ ਦਿੱਤਾ ਗਿਆ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦੇ ਵਿਵਦੀਆਂ ਨੇ ਮੈਂ ਪਹਿਲੇ ਰਿਕੁਐਸਟ ਕੀਤੀ ਕਿ ਸੈਂਸਿਟਿਵ ਮੈਟਰ ਹੈ ਆਪਾਂ ਉਨੀ ਗੱਲ ਕਰੀਏ ਜਿੰਨੀ ਤੁਹਾਨੂੰ ਹੋਏ ਦੇਖੋ ਇਹ ਸਾਡੀ ਇਨਵੈਸਟੀਗੇਸ਼ਨ ਦਾ ਮਾਮਲਾ ਪੁਲਿਸ ਦਾ ਖੇਤਰ ਹੈਗਾ ਪੰਜਾਬ ਪੁਲਿਸ ਕਰ ਲਏ ਹਰਿਆਣਾ ਪੁਲਿਸ ਕਰ ਲਏ ਸਿਸਟਮ ਸਾਡੇ ਮੈਂ ਪਹਿਲੇ ਕਿਹਾ ਸੀ ਆਪਾਂ ਉਨੀ ਗੱਲ ਕਰੀਏ ਬਾਬਾ ਜੀ ਪਿੰਡ 'ਚ ਤੁਹਾਡਾ ਸਵਾਗਤ ਵੀ ਕੀਤਾ ਗਿਆ ਦੇਖਿਆ ਹਾਰੂ ਬਾਈ